ਅਸੀਂ ਇਸ ਵੇਲੇ ਖੜੇ ਹਾਂ ਦੁਰਗਿਆਨਾ ਤੀਰਥ ਦੇ ਬੜਾ ਹਨੂੰਮਾਨ ਮੰਦਿਰ। ਇਹ ਬੜਾ ਹਨੂੰਮਾਨ ਮੰਦਿਰ ਇਸ ਕਰਕੇ ਇਤਿਹਾਸਿਕ ਮੰਦਿਰ ਹੈ ਕਿ ਇੱਥੇ ਵਿਸ਼ਵ ਪ੍ਰਸਿੱਧ ਲੰਗੂਰ ਮੇਲਾ ਲੱਗਦਾ ਹੈ, ਜੋ ਕਿ ਅਸੂ ਦੇ ਨਵਰਾਤਰਿਆਂ ਦੇ ਪਹਿਲੇ ਸ਼ੁਰੂ ਹੋ ਜਾਂਦਾ ਹੈ। ਪਹਿਲੇ ਨਵਰਾਤਰੇ ਤੋਂ ਇਹ ਲੰਗੂਰ ਮੇਲਾ ਭਰਦਾ ਹੈ ਅਤੇ ਉਹ ਦੁਸਹਿਰੇ ਤੱਕ ਇਹ ਮੇਲਾ ਇਸੇ ਤਰ੍ਹਾਂ ਹੀ ਚੱਲਦਾ ਹੈ। ਇਹ ਹਨੂੰਮਾਨ ਜੀ ਦਾ ਸਵਰੂਪ ਹੈ ਜਿਹੜਾ ਕਿ ਬੈਠੀ ਹੋਈ ਅਵਸਥਾ ਦੇ ਵਿੱਚ ਹੈ, ਸੋ ਤੁਸੀਂ ਦੇਖ ਸਕਦੇ ਹੋ। ਔਰ ਇਸ ਬੜੇ ਹਨੂੰਮਾਨ ਮੰਦਿਰ ਦੀ ਮਾਨਤਾ ਹੈ ਕਿ ਪ੍ਰਾਚੀਨ ਕਾਲ ਦੇ ਵਿੱਚ ਜਦੋਂ ਭਗਵਾਨ ਰਾਮ ਜੀ ਦੇ ਸਪੁੱਤਰ ਲਕਸ਼ਮਣ ਭਗਵਾਨ ਰਾਮ ਜੀ ਦੇ ਸਪੁੱਤਰ ਲਵ ਔਰ ਕੁਸ਼ ਦਾ ਯੁੱਧ ਹੋਇਆ ਸੀਗਾ, ਉਦੋਂ ਇਸੇ ਹੀ ਅਸਥਾਨ 'ਤੇ ਹਨੂੰਮਾਨ ਜੀ ਨੂੰ ਬੰਨ ਕੇ ਰੱਖਿਆ ਗਿਆ ਸੀਗਾ। ਸੋ ਇਹ ਇੱਥੇ ਹੀ ਲੰਗੂਰ ਮੇਲਾ ਭਰਦਾ ਹੈ, ਜਿੱਥੇ ਦੇਸ਼ ਵਿਦੇਸ਼ ਤੋਂ ਸ਼ਰਧਾਲੂ ਆਪਣੇ ਬੱਚਿਆਂ ਨੂੰ ਲੰਗੂਰ ਵੇਸ਼ਭੂਸ਼ਾ 'ਚ ਲਿਆ ਕੇ ਦਿਨ 'ਚ ਦੋ ਵਾਰ ਮੱਥਾ ਟਿਕਵਾਉਂਦੇ ਨੇ। ਔਰ ਇਸ ਇਤਿਹਾਸਿਕ ਮੰਦਿਰ ਦੇ ਬਾਰੇ ਹੋਰ ਜਾਣਕਾਰੀ ਲਵਾਂਗੇ ਅਸੀਂ। ਮੈਂ ਇਸ ਮੰਦਿਰ ਦੇ ਵਿੱਚ ਤਿਆਰੀਆਂ ਪੂਰੀਆਂ ਹੋ ਚੁੱਕੀਆਂ ਨੇ, ਸਾਰੀਆਂ ਤਿਆਰੀਆਂ ਕਰ ਲਈਆਂ ਗਈਆਂ ਨੇ, ਕਿਉਂਕਿ ਨਵਰਾਤਰਿਆਂ ਦੇ ਪਹਿਲੇ ਨਵਰਾਤਰਿਆਂ ਨੂੰ ਇਹ ਮੇਲਾ ਭਰ ਜਾਣਾ ਹੈ। ਡਾਕਟਰ ਸਾਹਿਬ, ਲੰਗੂਰ ਮੇਲਾ ਇਸ ਇਤਿਹਾਸਿਕ ਮੰਦਿਰ ਦੇ ਵਿੱਚ ਲੱਗਦਾ, ਬੜੀ ਮਾਨਤਾ ਹੈ, ਤਿਆਰੀ ਕਿਸ ਤਰ੍ਹਾਂ ਦੀ ਰਹੀ? ਪਹਿਲਾਂ ਤਾਂ ਜੈ ਸ਼੍ਰੀ ਰਾਮ ਜੀ, ਸਾਰੇ ਭਗਤਾਂ ਨੂੰ ਆਨੰਦ ਰਾਤੇ ਬਹੁਤ ਬਹੁਤ ਵਧਾਈ। ਤਿਆਰੀ ਹਰ ਸਾਲ ਵਧਾਉਣੀ ਪੈਂਦੀ, ਇਸ ਸਾਲ ਵੀ ਜਿੰਨੀ ਕਮੇਟੀ ਕੋਲ ਸਾਡੇ ਕੋਲ ਪੂਰਾ, ਤੁਸੀਂ ਉੱਪਰ ਵੀ ਦੇਖਿਆ ਹੈਗਾ, ਅੱਗੇ ਵਰਦੀਆਂ ਪਿਛਲੀ ਵਾਰੀ ਨਾਲੋਂ 20-30 ਗੁਣਾ ਜ਼ਿਆਦਾ, ਲੈਣ ਵਾਲੇ ਲੋਕ ਵੀ ਜ਼ਿਆਦਾ। ਸਾਰਿਆਂ ਨਾਲੋਂ ਵੱਡੀ ਖੁਸ਼ੀ ਦੀ ਆ ਗੱਲ ਆ, ਲੋਕ ਕਹਿੰਦੇ ਕਲਯੁੱਗ, ਮੇਰੇ ਹਿਸਾਬ ਨਾਲ ਅਗਰ ਸਤਯੁੱਗ ਹੈ ਸਾਡੇ ਇਸ ਮੰਦਿਰ 'ਚ। ਹਰ ਸਾਲ ਲੰਗੂਰ ਵੀ ਵੱਧ ਰਹੇ, ਪਬਲਿਕ ਵੀ ਵੱਧ ਰਹੀ ਹੈ। ਇਹਦੇ ਨਾਲ ਨਾਲ ਇੱਕ ਸਾਰਿਆਂ ਨਾਲੋਂ ਵੱਡੀ ਗੱਲ ਹੋਰ ਆ, ਇਕੱਲਾ ਮੰਦਿਰ ਹੈਗਾ ਜਿੱਥੇ ਤੁਹਾਨੂੰ ਰਾਤਿਆਂ ਲੰਗੂਰ ਬਣੇ, ਹਰ ਧਰਮ ਦੇ ਬੱਚੇ ਨਜ਼ਰ ਆਉਂਦੇ, ਈਵਨ ਫੋਰਨ ਤੋਂ ਵੀ ਲੋਕ ਆਉਂਦੇ। ਜਦੋਂ ਇਹ ਨਰਾਤੇ 3 ਤਰੀਕ ਨੂੰ ਸ਼ੁਰੂ ਹੋਣੇ ਨਾ ਦੁਸਹਿਰੇ ਤੱਕ 12 ਤੱਕ, ਬਾਕੀ ਦੁਨੀਆ 'ਚ ਵੱਖਰੀ ਤਰ੍ਹਾਂ ਦਾ ਹੀ ਮੇਲਾ ਤੁਹਾਨੂੰ ਲੱਗਣਾ। ਉਸ ਸੰਬੰਧ 'ਚ ਕਮੇਟੀ ਦਿਨ ਰਾਤ ਅਸੀਂ ਲੱਗੇ ਹਾਂ, ਤਿਆਰੀ ਕਰ ਰਹੇ ਹਾਂ। ਕੁਛ ਕੰਮ ਐਸੇ ਸੀ ਜਿਸ ਤਰ੍ਹਾਂ ਬਾਹਰ ਜਿਹੜਾ ਸੀਵਰੇਜ ਦਾ ਪਾਣੀ ਦਾ, ਕਿਉਂਕਿ ਉਹ ਜਗ੍ਹਾ ਦਾ ਕੋਈ ਡਿਸਪਿਊਟ ਸੀ, ਜਿਉਂ ਦਾ ਮਤਲਬ ਉਦੋਂ ਦਾ ਹੀ ਚੱਲਿਆ ਆ ਰਿਹਾ ਸੀ। ਐਕਚੁਲੀ ਬਜਰੰਗ ਬਲੀ ਨੇ ਕਿਰਪਾ ਕੀਤੀ ਆ ਕਿ ਉਹ ਵੀ ਠੀਕ ਹੋ ਗਿਆ, ਕਿ ਉਹ ਸਾਡੇ ਕੰਮਾਂ 'ਤੇ ਬੋਝ ਰਹਿੰਦਾ ਸੀ, ਕਿਉਂਕਿ ਜਿਹੜੇ ਲੋਕ ਲੰਗੂਰ ਬਣ ਕੇ ਆਉਂਦੇ ਸੀ ਉਹ ਜਿਹੜੇ ਨੰਗੇ ਪੈਰ ਹੀ ਆਉਂਦੇ, ਉਹਨਾਂ ਦੇ ਪੈਰਾਂ 'ਚ ਪੱਥਰ ਚੁੱਭਦੇ ਹੀ ਹੋ। ਆਪਣੇ ਲੋਕ ਕਮੇਟੀ ਨੇ ਪੂਰੀ ਕੋਸ਼ਿਸ਼ ਕੀਤੀ ਹੈ ਬਜਰੰਗ ਬਲੀ ਦੀ ਕਿਰਪਾ ਨਾਲ, ਇਸ ਸਾਲ ਉਹ ਵੀ ਕੰਮ ਹੋ ਗਿਆ। ਹੋਰ ਛੋਟੇ ਮੋਟੇ ਕਾਫੀ ਕੰਮ ਹੈ ਜਿਹੜੇ ਹਰ ਸਾਲ ਸਾਨੂੰ ਜਿਹੜੀਆਂ ਕੁਛ ਕਮੀਆਂ ਨਜ਼ਰ ਆਉਂਦੀਆਂ ਦੂਰ ਕਰ ਲਈ ਦੀਆਂ। ਬਾਕੀ ਸੰਗਤ ਤਾਂ ਹੁਣ ਹੀ ਤੁਹਾਨੂੰ ਮੈਂ ਦੱਸਣਾ, ਅਜੇ ਕਿੰਨੇ ਦਿਨ ਪਏ, ਅਜੇ ਸਰਾਹ ਸ਼ੁਰੂ ਹੋਣੇ ਹੈਗਾ, ਹੁਣ ਤੋਂ ਹੀ ਜਿਹੜੇ ਵਰਦੀ ਲੈਣ ਵਾਲੇ ਲੋਕ ਸਵੇਰ ਤੋਂ ਸ਼ਾਮ ਤੱਕ ਲੈਣਾ ਲੱਗੀਆਂ ਹੈ। ਮੈਨੂੰ ਉਮੀਦ ਹੈ ਕਿ ਇਸ ਸਾਲ ਘੱਟ ਤੋਂ ਘੱਟ 50% ਲੋਕ ਜ਼ਿਆਦਾ ਬਣਨਗੇ ਪਿਛਲੀ ਵਾਰ। ਠੀਕ ਹੈ, ਮੈਂ ਇੱਥੇ ਇਹ ਜ਼ਰੂਰ ਦੱਸਣਾ ਚਾਹਾਂਗਾ ਕਿ ਜਿਹੜੇ ਲੰਗੂਰ ਬਣਦੇ ਨੇ ਉਹ ਇੱਕ ਅਲੱਗ ਤਰ੍ਹਾਂ ਦੀ ਵਰਦੀ ਯਾਨੀ ਵੇਸ਼ਭੂਸ਼ਾ 'ਚ ਹੁੰਦੇ ਨੇ, ਔਰ ਇਹ ਵਰਦੀ ਆਪਣੀ ਵੀ ਬਣਾਉਂਦੇ ਨੇ, ਕੁਛ ਮੰਦਿਰ ਵੱਲੋਂ ਵੀ ਉਹਨਾਂ ਨੂੰ ਦਿੱਤੀ ਜਾਂਦੀ ਹੈ, ਔਰ ਥੋੜ੍ਹੇ ਜਿਹੇ ਮਾਮੂਲੀ ਜਿਹੇ ਰੇਟ ਦੇ ਉੱਤੇ ਉਹ ਵਰਦੀ ਵੀ ਦਿੱਤੀ ਜਾਂਦੀ ਹੈ, ਮੁੜ ਕੇ ਵਾਪਸ ਵੀ ਲਈ ਜਾਂਦੀ ਹੈ। ਡਾਕਟਰ ਸਾਹਿਬ, ਤੁਸੀਂ ਵਰਦੀ ਦੀ ਗੱਲ ਕੀਤੀ ਹੈ, ਜਿਹੜੀ ਵਰਦੀ ਜਿਹੜੇ ਬੱਚੇ ਨਹੀਂ ਉੱਥੋਂ ਅਫੋਰਡ ਕਰ ਸਕਦੇ ਕਿ ਬਾਹਰੋਂ ਨਹੀਂ ਬਣਵਾ ਸਕਦੇ, ਤੁਸੀਂ ਇੱਥੋਂ ਵਰਦੀ ਦਿੰਦੇ ਹੋ, ਹਰ ਸਾਲ ਇਹ ਵਰਦੀ ਦਿੱਤੀ ਜਾਂਦੀ ਹੈ, ਹਰ ਸਾਲ ਤੁਸੀਂ ਲੰਗੂਰਾਂ ਨੂੰ ਵਰਦੀ ਇਸ ਤਰ੍ਹਾਂ? ਕਈਆਂ
ਨੂੰ ਸ਼ੌਂਕ, ਲਗਭਗ ਲੋਕ ਇੱਥੋਂ ਲੈ ਜਾਂਦੇ। ਸਾਡੇ ਕੋਲ ਤਾਂ ਇੰਨੀ ਵਰਦੀ ਆ ਕਿ ਭਾਵੇਂ ਸਾਰਾ ਸ਼ਹਿਰ ਲੰਗੂਰ ਬਣ ਜਾਏ, ਭਰਿਆ ਪਿਆ, ਕਿਉਂਕਿ ਲੋਕ ਬਾਅਦ 'ਚ ਫਿਰ ਰੱਖ ਵੀ ਜਾਂਦੇ। ਉਹ ਇੱਥੇ ਹੀ ਰਹਿੰਦੀ ਕੋਈ ਪੈਣੀ ਤਾਂ ਉਹਨੇ ਦੇਣੀ, ਉਹਨੂੰ ਇਹ ਤਿਆਰ ਕਰਾ ਕੇ ਫਿਰ ਆਖਦੀ। ਉਹ ਪੈਸੇ ਨਹੀਂ ਲਈਦੇ, ਇੱਕ ਟੋਕਨ ਸਿਰਫ ਜਾਂ 50 ਰੁਪਏ ਇਸ ਕਰਨ ਲਈਦਾ ਕਿ ਥੋੜ੍ਹੀ ਜਿਹੀ ਅਗਲੇ ਨੂੰ ਜ਼ਿੰਮੇਵਾਰੀ ਲੱਗੇ। ਉਸ ਤਰ੍ਹਾਂ ਵਰਦੀ ਬਹੁਤ ਸਾਡੇ ਲੋਕ ਕਿਸੇ ਨੂੰ ਨਾਂ ਨਹੀਂ ਗਈ, ਤੁਸੀਂ ਹੁਣ ਵੀ ਚੱਲੋਗੇ ਜਿਹੜਾ ਮਰਜ਼ੀ ਆਪਣਾ ਸਾਈ ਵੇਖਦਾ ਆਪਣੇ ਸਾਈ ਨਾਲ ਮੇਚ ਕੇ ਲੈ ਜਾਂਦਾ। ਉਹ ਹੈ ਪਾਣੀ ਇਹਨਾਂ ਨੇ ਹੁੰਦੀ, ਹੋਰ ਤਾਂ ਕਿਸੇ ਦਾ ਕੰਮ ਆਉਣੀ ਨਹੀਂ ਵਰਦੀ। ਉਹ ਲੋਕ ਕਿਸੇ ਨੂੰ ਕੋਈ ਨਾ, ਵਰਦੀ, ਸੰਦੂਰ, ਪੈਰਾਂ 'ਚ ਪਾਉਣ ਵਾਲੇ ਕੰਗਣ, ਜੋ ਜੋ ਵੀ ਇਹਨਾਂ ਦਾ ਸਮਾਨ ਹੁੰਦਾ ਘੁੰਗਰੂ, ਸਭ ਫਰੀ ਦੇ। ਡਾਕਟਰ ਸਾਹਿਬ, 3 ਤਰੀਕ ਨੂੰ ਇਹ ਨਵਰਾਤਰੇ ਸ਼ੁਰੂ ਹੋ ਰਹੇ ਨੇ, ਪਹਿਲੇ ਨਵਰਾਤਰੇ 'ਤੇ ਹੀ ਲੰਗੂਰ ਮੇਲਾ ਵੀ ਸ਼ੁਰੂ ਹੋ ਜਾਏਗਾ। ਬੜੀ ਦੂਰੋਂ ਦੂਰੋਂ ਦੇਸ਼ ਵਿਦੇਸ਼ ਤੋਂ ਲੋਕ ਇੱਥੇ ਆਉਂਦੇ, ਢੋਲ ਦੀ ਥਾਪ ਦੇ ਉੱਤੇ ਨੱਚਦੇ ਗਾਉਂਦੇ ਨੇ। ਇਹ ਕੀ ਵਿਧੀ ਰਹਿੰਦੀ ਹੈ, ਕੀ ਸ਼ੁਰੂ ਹੋਏਗਾ, ਇਹ ਥੋੜ੍ਹਾ ਜਿਹਾ ਦੱਸ ਦਿਓ। ਦੇਖੋ, ਵਿਧੀ ਤਾਂ ਹੈਗੀ ਆ, ਕਿਸੇ ਨੂੰ ਪੜਿਆ ਜੋ ਜੂਨ ਦੀ ਅਸੀਂ ਹੋਈ ਸੰਭਾਲੀ ਹੈ। ਮੈਂ ਵੀ ਇੱਥੇ ਲਗਭਗ 72 ਦਾ ਕੰਟੀਨਿਊ ਆ ਰਿਹਾ, ਜੂਨ ਦੀ ਹੋਈ ਸੰਭਾਲੀ ਹੋਵੇ। ਸੁਣਿਆ ਕਿ ਇਹ ਪ੍ਰਤਿਅਕਸ਼ ਆ ਕਿ ਜਿਨ੍ਹਾਂ ਦੇ ਘਰ ਔਲਾਦ ਨਹੀਂ ਹੁੰਦੀ, ਲੋਕ ਕਹਿੰਦੇ ਲੜਕ ਪਾਏ, ਲੜਕਾ ਹੋਵੇ ਚਾਹੇ ਲੜਕੀ ਹੋਵੇ, ਉਹ ਚੱਲੇ ਇੱਥੇ ਮਾਨਤਾ ਮੰਨਦੇ ਆ। ਹੋਣ ਤੋਂ ਬਾਅਦ ਫਿਰ ਜਿਹੜੇ ਨਰਾਤੇ ਆਉਂਦੇ ਆ, ਕੋਈ 1 ਸਾਲ ਦਾ ਸੁੱਕਦਾ, ਕੋਈ 2 ਸਾਲ ਦਾ ਸੁੱਕਦਾ, ਕੋਈ ਸੋਚਦਾ ਮੇਰਾ ਬੱਚਾ ਜੋ ਸਾਲ ਦਾ ਹੋਏਗਾ ਬਣਾਵਾਂਗਾ, ਕੋਈ ਸੋਚਦਾ ਜਦੋਂ ਵੱਡਾ ਹੋਏਗਾ। ਉਹ ਫਿਰ ਪੂਰੇ ਨਰਾਤਿਆਂ 'ਚ 2 ਟਾਈਮ ਉਹਨਾਂ ਨੇ ਮੱਥਾ ਟੇਕਣ ਆਉਣਾ, ਨੰਗੇ ਪੈਰੀ ਆਉਣਾ, ਪੁੰਜੇ ਸੋਣਾ, ਬਾਹਰ ਅੰਦਰ ਕਿਤੇ ਜੋ ਸਾਰਾ ਉਹ ਵਿਧੀ, ਇੱਕ ਸਲਿੱਪ ਛਪੀ ਹੁੰਦੀ ਆ, ਉਹ ਅੱਜ ਕੱਲ੍ਹ ਲੋਕਾਂ ਨੂੰ ਦੇ ਦੀ ਕਿ ਦਿੱਕਤ ਨਾ ਹੋਵੇ। ਪਰ ਮੈਂ ਜੋ ਆਪਣੀ ਹੋਸ਼ 'ਚ ਵੇਖਿਆ, ਮੈਂ ਤਾਂ ਫੋਰਨਰਾਂ ਨੂੰ ਬਤੀ ਹੁੰਦਾ, ਪਿਛਲੇ ਸਾਲ ਹੀ ਨਿਊਜ਼ੀਲੈਂਡ ਤੋਂ ਆਏ ਸੀ, ਆਸਟ੍ਰੇਲੀਆ ਤੋਂ ਆਏ, ਮਗਰ ਇਹੋ ਵਾਲੀ ਸਟੋਰੀਆਂ ਤੁਸੀਂ ਸੁਣ ਕੇ ਰਾਣ ਹੋਏ, ਜਿਨ੍ਹਾਂ ਨੂੰ ਸਨਾਤਨ ਬਾਰੇ ਇਹ ਨਹੀਂ ਸੀ ਪਤਾ, ਉਹ ਵੀ ਇੱਥੇ ਲੰਗੂਰ ਬੰਦ। ਪਿਛਲੇ ਸਾਲ ਨਿਊਜ਼ੀਲੈਂਡ ਤੋਂ ਇੱਕ ਜੋੜਾ ਆਇਆ ਸੀ, ਉਹ ਕਹਿੰਦੇ ਸਾਡੇ ਇੱਕ ਗੁਆਂਢ ਇੰਡੀਅਨ ਆਏ ਸੀ ਅੱਜ ਤੋਂ 20 ਸਾਲ ਪਹਿਲਾਂ, ਉਹਨਾਂ ਨੇ ਸਾਨੂੰ ਕਿਹਾ ਕਿ ਸਾਡੇ ਘਰ ਔਲਾਦ ਨਹੀਂ ਸੀ ਹੁੰਦੀ, ਅਤੇ ਕਹਿੰਦਾ ਸਾਡੇ ਵੀ, ਕਹਿੰਦਾ ਉਹ ਸਾਨੂੰ ਇੰਡੀਆ ਲੈ ਗਿਆ ਸੀ ਮੱਥਾ ਟੇਕਿਆ, ਸਾਡੇ 16 ਸਾਲਾਂ ਬਾਅਦ, ਪਹਿਲੋਂ ਲੜਕੀ ਹੋਈ, ਅਗਲੇ ਸਾਲ ਲੜਕਾ ਆਇਆ, ਕਹਿੰਦਾ ਸੀ 5 ਸਾਲ ਦਾ ਸੁੱਖਿਆ। ਇਸ ਤਰ੍ਹਾਂ ਦੇ ਕਈ ਤੁਹਾਨੂੰ ਜੋੜੇ ਇੱਥੇ ਮਿਲਣਗੇ, ਮਗਰ ਉਹ ਦਿਨਾਂ ਇੱਕ ਇੱਥੇ ਮਾਹੌਲ ਹੀ ਵੱਖਰੀ ਤਰ੍ਹਾਂ ਦਾ ਹੁੰਦਾ। ਜਿਹੜੀ ਵਿਧੀ ਉਹ ਤੁਹਾਨੂੰ ਸਾਡੀ ਸਲਿਪ ਸਕੋ, ਉਹ ਐਡੀ ਖਾਸ ਮੇਨ ਹੈਗਾ, ਉਹਨੇ ਦਿਨ ਪੁੰਜੇ ਸੋਣਾ ਹੁੰਦਾ ਅਤੇ ਵਰਤ ਰੱਖਣਾ ਹੁੰਦਾ ਬਸ। ਇੱਥੇ ਇਹ ਮਾਨਤਾ ਹੈ ਕਿ ਜਿਨ੍ਹਾਂ ਦੇ ਘਰ ਕੋਈ ਔਲਾਦ ਨਹੀਂ ਹੁੰਦੀ ਹੈ, ਉਹ ਔਲਾਦ ਦੀ ਮਨੋਕਾਮਨਾ ਲਈ ਇੱਥੇ ਆਪਣੇ ਕਰਦੇ ਨੇ, ਔਰ ਭਗਵਾਨ ਦੀ ਕਿਰਪਾ ਦੇ ਨਾਲ ਜਦੋਂ ਉਹਨਾਂ ਦੇ ਘਰ ਔਲਾਦ ਹੋ ਜਾਂਦੀ ਹੈ, ਚਾਹੇ ਲੜਕਾ ਹੋਵੇ ਚਾਹੇ ਲੜਕੀ ਹੋਵੇ, ਉਹ ਆਪਣੇ ਬੱਚੇ ਨੂੰ ਲੰਗੂਰ ਦੀ ਵੇਸ਼ਭੂਸ਼ਾ ਦੇ ਵਿੱਚ ਇੱਥੇ ਨਵਰਾਤਰਿਆਂ ਦੇ, ਅੱਸੂ ਦੇ ਨਵਰਾਤਰਿਆਂ ਦੇ ਵਿੱਚ ਦਿਨ 'ਚ 2 ਵਾਰੀ ਦਰਸ਼ਨ ਕਰਵਾਉਂਦੇ ਨੇ। ਲੇਟੈਸਟ ਗੱਲ ਦੱਸਾਂ, ਪਰਸੋਂ ਹੀ ਸਾਡੇ ਲੋਕਲ ਐਡਮਿਨਿਸਟ੍ਰੇਸ਼ਨ ਵੱਲੋਂ ਮੈਸੇਜ ਆਇਆ ਕਿ ਹੈਦਰਾਬਾਦ ਤੋਂ ਇੱਕ ਐਕਸ ਆਰਮੀ ਮੈਨ, ਜਿਹਦੀ AA-84 ਉਹ ਪੁਰਾਣਾ ਅੰਮ੍ਰਿਤਸਰ ਦਾ, ਉਹ ਇੱਕ ਵਾਰੀ 96 ਜਹਾਜ਼ ਕਰੈਸ਼ ਹੋਇਆ, ਉਹਦੇ 'ਚ ਬਚ ਗਏ ਸੀ। ਉਹਨਾਂ ਨੇ ਕਿਤੇ ਆਪਣੇ ਬੇਟੇ ਦੀ ਕੋਈ ਸੁੱਖਣਾ ਸੁੱਖੀ ਹੋਈ ਸੀ, ਉਹਨਾਂ ਨੂੰ ਯਾਦ ਹੋਣ ਆਈ, ਉਹਨਾਂ ਨੇ ਆਪਣੇ 36 ਸਾਲ ਦਾ ਬੇਟਾ, ਹੁਣ ਲੰਗੂਰ ਬਣਾਉਣਾ, ਉਹਨਾਂ ਨੂੰ ਕਮਰਾ ਚਾਹੀਦਾ ਸੀ 15 ਦਿਨਾਂ ਸੇ, ਮਗਰ ਵੇਖੋ ਲੋਕਾਂ ਦੀ ਆਸਥਾ, ਰਿਟਾਇਰ ਵੀ ਹੋ ਚੁੱਕੇ ਆ, ਨਹੀਂ ਯਾਦ ਰਿਹਾ, ਬੇਟਾ ਉਹਨਾਂ ਦਾ 36 ਸਾਲ ਦਾ ਹੋ ਗਿਆ, ਉਹਨੇ 36 ਸਾਲ ਦੇ ਹੋ ਗਏ ਲੰਗੂਰ ਬਣਦਾ, ਸਾਰਾ ਪਰਿਵਾਰ ਗੁਆਈ ਇਸੇ ਕੋਈ IRS। ਡਾਕਟਰ ਸਾਹਿਬ, ਇਹ ਲੰਗੂਰ ਤਾਂ ਛੋਟੇ ਛੋਟੇ ਬੱਚੇ ਬਣਦੇ ਨੇ, ਹੁਣ ਅਸੀਂ ਪਿੱਛੇ ਥੋੜ੍ਹਾ ਜਿਹਾ ਟ੍ਰੈਂਡ ਵੱਧਦਾ ਜਾ ਰਿਹਾ ਕਿ ਹੁਣ ਟੋਲੀਆਂ ਬਣਦੀਆਂ ਨੇ, ਵੱਡੇ ਵੀ ਲੰਗੂਰ ਬਣ ਕੇ ਆਉਂਦੇ ਨੇ, ਉਹ ਬਿਲਕੁਲ ਉਹਨਾਂ ਦੀ ਗਿਣਤੀ ਲਗਾਤਾਰ ਵੱਧਦੀ ਜਾ ਰਹੀ ਹੈ। ਇਸ ਵਾਰ ਕਿੰਨੇ ਕੁ ਦੇ ਰਜਿਸਟਰਡ ਹੋ ਚੁੱਕੇ ਨੇ, ਕਿੰਨੀਆਂ ਪਾਰਟੀਆਂ ਨੇ ਜਿਹੜੀਆਂ ਦਿਨ 'ਚ ਆਉਣਗੀਆਂ, ਉਹ ਤੁਹਾਨੂੰ ਥੋੜ੍ਹਾ ਜਿਹਾ ਮੈਨੇਜ ਕਰਨਾ ਔਖਾ ਲੱਗਦਾ ਹੋਏਗਾ? ਦੇਖੋ, ਮੈਂ ਇਹੀ ਮੀਟਿੰਗ ਕੀਤੀ ਸੀ ਸੰਡੇ, ਪਿਛਲੇ ਸਾਲ ਵੀ ਕੀਤੀ, ਪਰ ਚਲੋ ਥੋੜ੍ਹਾ ਲੋਕਾਂ ਨੂੰ ਕਈ ਆਦਤਾਂ ਪਈਆਂ ਸੁਧਰ। ਬੜੀ ਸਿੱਧੀ ਗੱਲ ਮੈਂ ਤੁਹਾਡੇ ਮਾਰਨ ਤੋਂ ਵੀ ਕਹਾਂ, ਪਹਿਲੀ ਗੱਲ ਤਾਂ ਸਾਰਿਆਂ ਨੂੰ ਕਿਹਾ ਤਾਂ ਆਪਣਿਆਂ ਨੂੰ ਹਨੂੰਮਾਨ ਜੀ ਨੇ ਨਾ ਕਿਹਾ ਕਰੋ, ਹਨੂੰਮਾਨ ਜੀ ਇੱਕੋ ਹੀ ਰਹਿਣੇ ਆ, ਦੋ ਨਹੀਂ ਹੋ ਸਕਦੇ, ਆਪਣੇ ਆਪ ਨੂੰ ਹਨੂੰਮਾਨ ਜੀ ਦੇ ਲੰਗੂਰ 'ਤੇ ਸੇਨਾ ਗਿਆ ਕਰੋ, ਹਨੂੰਮਾਨ ਨਹੀਂ ਕੋਈ ਬਣ ਸਕਦਾ। ਤੀਜੀ ਗੱਲ, ਇਹ ਜਿਹੜੇ ਬਾਹੂਬਲੀ ਜੇ ਉਹ ਸਭ ਬੈਨ,
ਦੇਖੋ ਅੱਜ ਅਸੀਂ ਨਹੀਂ ਰੋਕਾਂਗੇ ਨਾ, ਸਾਡੇ ਹਨੂੰਮਾਨ ਜੀ ਦਾ ਇੱਕੋ ਹੀ ਸਰੂਪ ਸੀ, ਇੱਕੋ ਹੀ ਰਹਿਣਾ। ਕੱਲ੍ਹ ਨੂੰ ਹਰ ਸਾਲ 10 ਸਰੂਪ ਨਵੇਂ, ਕੋਈ ਨੀਲਾ ਪੀਲਾ ਰੰਗ ਨਹੀਂ, ਰੈਡਿਸ਼ ਕਲਰ ਦੇ ਵਿੱਚ ਸੰਧੂਰੀ ਹੋ ਗਿਆ, ਮਰੂਨ ਹੋ ਗਿਆ, ਇਹ ਕਲਰ ਚੱਲਣਗੇ, ਕੋਈ ਐਕਸਟਰਾ ਡਰੈਸ ਨਹੀਂ। ਇੱਕ ਹੋਰ ਜਿਹੜੀ ਕਮੀ ਆਈ ਸੀ, ਕਿਉਂਕਿ ਇਹ ਛੋਟੇ ਹੁੰਦੇ ਵੇਖਦੇ ਰਹੇ, ਜਿਹੜਾ ਕੋਈ ਹਨੂੰਮਾਨ ਬੰਦਾ ਸੀ ਨਾ, ਲੋਕਾਂ ਇੰਨੀ ਸ਼ਰਧਾ ਸੀ, ਚਾਰ ਚਾਰ ਮੰਜ਼ਿਲਾਂ ਤੋਂ ਉਤਰ ਜਾਣਾ ਪੈਰੀ ਹੱਥਲਾ। ਹੁਣ ਕੁਛ ਬੱਚੇ, ਸਾਰੇ ਨਹੀਂ, ਉਹ ਸ਼ਾਮ ਨੂੰ ਜਿਹੜੇ ਚੋਲਾ ਲਾ ਲੈਂਦੇ ਆ, ਚਾਰ ਚਾਰ ਜਣੇ ਮੋਟਰਸਾਈਕਲਾਂ ਦੇ ਸੜ, ਉਹ ਬਿਲਕੁਲ ਸਖਤੀ ਨਾਲ ਕਹਿ ਦਿੱਤਾ ਗਿਆ ਮੰਤਾਂ ਨੂੰ ਕਿ ਆਪਣੇ ਆਲੇ ਦੁਆਲੇ ਚੈੱਕ ਰੱਖੋ, ਤੁਹਾਡੀ ਇੰਨੀ ਮਾਨਤਾ, ਤੁਸੀਂ ਇੰਨਾ ਜਿਹਨੂੰ ਕਹਿੰਦੇ ਸਖਤ ਪੂਜਾ ਕਰਦੇ ਹੋ, ਇੱਕ ਦੀ ਗਲਤੀ ਨਾਲ ਸਾਰੇ ਬਦਨਾਮ ਹੁੰਦੇ। ਉਹ ਐਕਚੁਲੀ ਆਪਾਂ ਬਿਲਕੁਲ ਨਹੀਂ ਬਰਦਾਸ਼ਤ ਕਰਨੀ। ਜਿਹੜਾ ਕੋਈ ਇਹੋ ਲਿਆ ਪਾਇਆ ਗਿਆ, ਉਹਦਾ ਮੰਥ ਜ਼ਿੰਮੇਵਾਰ ਹੋਏਗਾ ਉਹ ਟੋਲੀ। ਤੀਸਰੀ ਗੱਲ ਨਾਲ ਗਿਆ ਤੀ, ਅੰਦਰ ਸਾਰਿਆਂ ਨੂੰ ਇੱਕੋ ਜਿਹਾ ਟਾਈਮ ਮਿਲੇਗਾ, ਉਹ ਟੋਲੀ ਵੱਡੀ ਹੋਵੇ ਛੋਟੀ ਹੋਵੇ, ਕਿਉਂਕਿ ਰਸ਼ ਹੁੰਦਾ ਬਹੁਤ। ਕੱਲ੍ਹ ਹੁੰਦਾ ਸੀ ਕੋਈ ਜਿਹਦਾ ਥੋੜ੍ਹਾ ਕਿਤੇ ਉਹ ਹੱਥ ਪਿੜਦਾ, ਉਹ 10 ਮਿੰਟ ਬੰਨੋ, ਜਿਲ੍ਹੇ ਮੱਥਾ ਟੇਕਣਾ, ਸਭ ਨੂੰ ਇੱਕੋ ਜਿਹਾ ਟਾਈਮ। ਉਹ ਸਪੀਡਲੀ ਹੁੰਦਾ ਸੀ ਕਿ ਮਗਰ ਰਸ਼ ਇਕੱਠਾ ਨਹੀਂ ਹੋਏਗਾ, ਢੋਲ ਅੰਦਰ ਨਹੀਂ ਆਏਗਾ। ਮੈਂ ਕਾਫੀ ਚੀਜ਼ਾਂ ਜਿਹੜੀ ਜਿਹੜੀ ਲੋਕਾਂ ਦੇ ਸੁਝਾਅ ਹੈ, ਕੋਸ਼ਿਸ਼ ਕੀਤੀ ਆ, ਪ੍ਰੈਕਟਿਸ ਸਾਰਿਆਂ ਨੂੰ ਅੱਜ ਜੋੜ ਕੇ ਗਿਆ, ਅਤੇ ਤੁਹਾਡਾ ਹੀ ਆ ਕਿ ਤੁਸੀਂ ਇੰਨੀ ਸ਼ਰਧਾ ਨਾ ਕਰਦੇ ਹੋ, ਗਲਤੀ ਇੱਕ ਕਰਦਾ ਬਦਨਾਮ ਸਾਰੇ ਹੁੰਦੇ। ਬਾਕੀ ਐਕਤੀ ਇਹ ਚੀਜ਼ 'ਤੇ ਖਾਸ ਨਿਗਾਹ ਰੱਖੀ ਗਈ ਆ, ਇੱਕ ਰੰਗ ਕੋਈ ਐਰਾ ਗੈਰਾ ਨਹੀਂ ਚੱਲੇਗਾ, ਹਨੂੰਮਾਨ ਜੀ ਦਾ ਲਾਲ ਰੰਗ ਆ, ਲਾਲ ਹੀ ਚੱਲੇਗਾ, ਅਤੇ ਇੱਕੋ ਜਿਹੜੇ ਵੱਖਰੇ ਤਰ੍ਹਾਂ ਦੇ ਪੀਲੇ ਨੇ ਨਾ, ਕੁਛ ਨਹੀਂ, ਐਕਤੀ ਚੱਲੇਗਾ। ਅਤੇ ਕੋਈ ਆਪਣੇ ਨੂੰ ਹਨੂੰਮਾਨ ਜੀ ਨਾ ਕਹੇ, ਆਪਣੇ ਨੂੰ ਲੰਗੂਰ ਕਿਹਾ ਕਰੋ, ਹਨੂੰਮਾਨ ਜੀ ਇੱਕੋ ਹੀ ਹੋਏ ਅਤੇ ਇੱਕੋ ਹੀ ਰਹਿਣਾ। ਡਾਕਟਰ ਲਾਸਟ ਸਵਾਲ ਹੈ, ਕੁਛ ਦਰਸ਼ਕਾਂ ਨੂੰ ਕੁਛ ਤੁਸੀਂ ਦੱਸਣਾ ਚਾਹੋ ਕਿ ਜਿਹੜੇ ਲੋਕ ਇੱਥੇ ਆ ਕੇ ਆਪਣੇ ਬੱਚਿਆਂ ਨੂੰ ਲੰਗੂਰ ਬਣਾਉਣਗੇ, ਜਿਹੜੇ ਆ ਕੇ ਇੱਥੇ ਮੱਥਾ ਟੇਕਣਗੇ, ਉਹਨਾਂ ਲਈ ਕੁਝ ਤੁਸੀਂ ਕਹਿਣਾ ਚਾਹੋਗੇ, ਉਹਨਾਂ ਲਈ ਕੋਈ ਜਿਹੜਾ ਫਾਇਦੇਮੰਦ ਹੋਵੇ? ਪਹਿਲੋ ਸਾਰਿਆਂ ਜੈ ਸ਼੍ਰੀ ਰਾਮ। ਉਹਨਾਂ ਨੂੰ ਉਹ ਬੜੇ ਕਰਮਾਂ ਭਾਗਾਂ ਵਾਲੇ ਆ, ਜਿਹਨਾਂ ਨੂੰ ਦੇਖੋ ਲੰਗੂਰ ਬਣਾਉਣ ਦਾ ਮੌਕਾ ਉਹਨੂੰ ਹੀ ਮਿਲਣਾ ਜਿਹਦੇ 'ਤੇ ਮਹਾਰਾਜ ਦੀ ਕਿਰਪਾ ਹੋਈ ਹੈ। ਇੱਕ ਉਹਨਾਂ ਨੂੰ ਮੈਂ ਕਹਿੰਦਾ, ਕਈ ਵਾਰੀ ਮੈਂ ਇੱਥੇ ਵੇਖਦਾ ਮੰਦਰ ਸੇਰੇ ਲਿਮਰ ਹੋਇਆ, ਐਵੇਂ ਨਾ ਲੋਕ ਥੋੜ੍ਹੀ ਟੈਨਸ਼ਨ ਲੈ ਜਾਂਦੇ ਆ, ਜਿਹੜਾ ਮਿਲਦਾ ਕੀ ਕਰੀਏ ਨਰਾਤੇ, ਕੋਈ ਐਡਾ ਵੱਡਾ ਵਹਿਮ ਨਹੀਂ ਹੈਗਾ। ਸਿੰਪਲ, ਦੋ ਟਾਈਮ ਤੁਸੀਂ ਮੱਥਾ ਟੇਕਣਾ, ਦੁਸ਼ਹਿਰੇ ਵਾਲੇ ਦਿਨ ਸਵੇਰੇ ਆ ਗਏ ਇੱਥੇ, ਰਾਵਣ ਦੇ ਪੈਰਾਂ 'ਚ ਤੀਰ ਮਾਰ ਕੇ ਅਤੇ ਇੱਥੇ ਸਰੋਵਰ 'ਚ ਛਿੱਟਾ ਲੈ ਕੇ ਵਰਦੀ ਵਧਾ ਦੇਣੀ। ਬਾਕੀ ਮੈਂ ਵੇਖਿਆ ਕਈ ਲੋਕ ਨਾ ਐਕਸਪਲੋਇਟ ਕਰਦੇ ਆ, ਐਵੇਂ ਬਦੋ ਬਦੀ ਇੱਥੇ ਮੈਂ ਐਵੇਂ ਵਹਿਮ ਪਾਈ ਜਾਣਗੇ। ਹਨੂੰਮਾਨ ਜੀ ਦੀ ਭਗਤੀ ਦੇ ਵਿੱਚ ਪਹਿਲੀ ਗੱਲ, ਕੋਈ ਵਹਿਮ ਨਹੀਂ ਹੁੰਦਾ। ਛੋਟੀਆਂ ਹੀ ਚੀਜ਼ਾਂ, ਦੋ ਟਾਈਮ ਤੁਸੀਂ ਆਉਣਾ, ਉਹਨੇ ਦਿਨ ਪੁੰਜੇ ਸੋਣਾ ਅਤੇ ਵਰਤ ਰਹਿਣਾ। ਬੱਚੇ ਨੂੰ ਕਿਸੇ ਦੇ ਜੋ ਕਹਿੰਦੇ ਉਰੇ ਪਰੇ ਜਾਣ ਦਾ ਮਤਲਬ ਇਹ ਨਹੀਂ, ਉਹ ਇਸ ਕਾਰਨ ਰੋਕਿਆ ਜਾਂਦਾ ਕਿ ਬੱਚਾ ਕਿਸੇ ਲਈ ਭੁਲੇਖੇ ਨਾਲ ਕੋਈ ਚੀਜ਼ ਖਾਧੀ ਨਾ ਜਾਵੇ, ਕੋਈ ਇਹਦਾ ਸਖਤੀ ਵਾਲਾ ਕੋਈ ਕੰਮ ਨਹੀਂ। ਐਵੇਂ ਕਈਆਂ ਦੇ ਦਿਮਾਗ 'ਚ ਕਈਆਂ ਨੇ ਗਲਤ ਫਹਿਮੀ ਵੜੀ, ਉਹ ਤਾਂ ਕਿੱਡੇ ਭਾਗਾਂ ਲੰਗੂਰ ਤੇ ਉਹਨੇ ਮੰਨਣ ਜਿਹਦੇ ਤੇ ਹਨੂੰਮਾਨ ਜੀ ਦੀ ਕਿਰਪਾ ਹੋਈ ਹੈ, ਤੇ ਕੋਈ ਟੈਨਸ਼ਨ ਵਾਲੀ ਗੱਲ ਨਹੀਂ। ਆਓ, ਪਰਮਾਤਮਾ ਦੀ ਬੜੀ ਕਿਰਪਾ, ਬੜੇ ਭਾਗਾਂ ਨੇ ਜਿਹੜੇ ਲੰਗੂਰ, ਤੁਸੀਂ ਇੱਕ ਚੀਜ਼ ਨੋਟ ਕਰੋ, ਦਿਨਾਂ 'ਚ ਜਿਹੜੇ ਬੱਚੇ ਮਾਂ ਬਾਪ ਦੱਸਦੇ ਆ ਕਿ ਜਿਹੜੇ ਇੱਕ ਘੰਟਾ ਭੁੱਖੇ ਨਹੀਂ ਰਹਿੰਦੇ, ਇੰਨੀਆਂ ਜਿੱਦਾਂ ਕਰਦੇ ਅੱਗੇ ਪਿੱਛੇ, ਉਹ ਦਿਨਾਂ ਦੇ ਵਿੱਚ ਕਹਿੰਦੇ ਅਸੀਂ ਆਪ ਹੈਰਾਨ ਹੋ ਜਾਂਦੇ ਹਾਂ। ਕੁਦਰਤ ਵੱਲੋਂ ਇੱਕ ਰੂਪ ਹੁੰਦਾ ਕਿ ਜਿਸ ਤਰ੍ਹਾਂ ਦੀ ਪਾਲਣਾ ਹੁੰਦੀ, ਆਪ ਹੀ ਬੱਚੇ ਕਰਦੇ। ਬਿਲਕੁਲ ਠੀਕ। ਸੋ 3 ਤਰੀਕ ਤੋਂ ਵੱਡਾ ਹਨੂੰਮਾਨ ਮੰਦਰ ਦੇ ਵਿੱਚ ਲੰਗੂਰ ਮੇਲਾ ਲੱਗਣ ਜਾ ਰਿਹਾ ਹੈ, ਜਿਹਦੀਆਂ ਤਿਆਰੀਆਂ ਪੂਰੀਆਂ ਕਰ ਲਈਆਂ ਗਈਆਂ ਨੇ। ਇਸ ਵੇਲੇ ਯੁੱਧ ਸਤਰ 'ਤੇ ਜਿਹੜੀਆਂ ਰਹਿੰਦੀਆਂ ਬਚਦੀਆਂ ਨੇ ਤਿਆਰੀਆਂ, ਉਹ ਕੀਤੀਆਂ ਜਾ ਰਹੀਆਂ ਨੇ। ਇਸ ਮੰਦਰ ਦੇ ਵਿੱਚ ਹਰ ਸਾਲ ਦੀ ਤਰ੍ਹਾਂ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਛੋਟੇ ਛੋਟੇ ਬੱਚੇ ਜਿਹੜੇ ਲੰਗੂਰ ਵੇਸ਼ਭੂਸ਼ਾ 'ਚ ਇੱਥੇ ਪਹੁੰਚਣਗੇ ਔਰ ਭਗਵਾਨ ਸ਼੍ਰੀ ਹਨੂੰਮਾਨ ਜੀ ਨੂੰ ਮੱਥਾ ਟੇਕਣਗੇ ਦਿਨ 'ਚ ਦੋ ਵਾਰੀ, ਔਰ ਨਿਰਾਹਾਰ ਰਹਿਣਗੇ, ਯਾਨੀ ਕਿ ਵਰਤ ਵੀ ਰੱਖਣਗੇ। ਸੋ
ਮੰਦਿਰ ਵੱਲੋਂ ਪੂਰੀ ਤਿਆਰੀਆਂ ਕਰ ਲਈਆਂ ਗਈਆਂ ਨੇ, ਢੋਲ ਦੀ ਥਾਪ 'ਤੇ ਇੱਥੇ ਲੋਕ ਪਹੁੰਚਦੇ ਨੇ, ਦੇਸ਼ ਵਿਦੇਸ਼ ਤੋਂ ਲੋਕ ਆਉਂਦੇ ਨੇ, ਪਰ ਮੰਦਿਰ ਵੱਲੋਂ ਇਹ ਥੋੜ੍ਹਾ ਇਸ ਵਾਰ ਸਖਤ ਕੀਤਾ ਗਿਆ ਹੈ ਕਿ ਜਿਹੜੀਆਂ ਟੋਲੀਆਂ ਬਣ ਕੇ ਮੰਦਿਰ 'ਚ ਪਹੁੰਚਦੀਆਂ ਨੇ ਔਰ ਤਰ੍ਹਾਂ ਤਰ੍ਹਾਂ ਦੇ ਉਹਨਾਂ ਨੇ ਜਿਹੜੀ ਵੇਸ਼ਭੂਸ਼ਾ ਪਾਈ ਹੁੰਦੀ ਹੈ ਜਿਹੜੀ ਕਿ ਮਾਡਰਨ ਤਰੀਕੇ ਦੀ ਹੁੰਦੀ ਹੈ, ਉਸ ਤੋਂ ਉਸਨੂੰ ਥੋੜ੍ਹਾ ਅਵੋਇਡ ਕੀਤਾ ਗਿਆ ਮੰਦਿਰ ਵੱਲ। ਮੰਦਿਰ ਕਮੇਟੀ ਵੱਲੋਂ ਉਹਨਾਂ ਨੂੰ ਸਖਤ ਤਾੜਨਾ ਕੀਤੀ ਗਈ ਹੈ ਕਿ ਉਹ ਇਹੋ ਜਿਹੀ ਜਿਹੜੀ ਹੈ ਵੇਸ਼ਭੂਸ਼ਾ ਨਾ ਪਾਉਣ ਜਿਹੜਾ ਕਿ ਥੋੜ੍ਹਾ ਜਿਹਾ ਅਲੱਗ ਲੱਗੇ ਔਰ ਇਹਦੇ ਇਤਿਹਾਸ ਨੂੰ ਨਾ ਦਿਖਾਏ। ਸੋ ਵੱਡਾ ਹਨੂੰਮਾਨ ਮੰਦਿਰ ਇਤਿਹਾਸਿਕ ਮੰਦਿਰ ਹੈ, ਇਹਦੀ ਬੜੀ ਮਾਨਤਾ ਹੈ, ਇਸ ਅਸਥਾਨ 'ਤੇ ਮੱਥਾ ਟੇਕਣ ਵਾਲਾ ਜੋੜਾ ਜਿਹੜਾ ਵੀ ਹੈ ਉਹਦੇ ਘਰ ਪੁੱਤਰ ਦੀ ਮਨੋਕਾਮਨਾ ਪੂਰੀ ਹੁੰਦੀ ਹੈ, ਪੁੱਤਰ ਹੋਵੇ ਚਾਹੇ ਉਹਦੇ ਘਰ ਲੜਕੀ ਹੋਵੇ ਉਹ ਮਨੋਕਾਮਨਾ ਜਦ ਪੂਰੀ ਹੁੰਦੀ ਹੈ ਅਤੇ ਉਹ ਆਪਣੀ ਸ਼ਰਧਾ ਦੇ ਮੁਤਾਬਿਕ ਇਸ ਜਗ੍ਹਾ 'ਤੇ ਅੱਸੂ ਦੇ ਨਵਰਾਤਰਿਆਂ 'ਤੇ ਆਪਣੇ ਬੱਚੇ ਨੂੰ ਲੰਗੂਰ ਦੇ ਵੇਸ਼ਭੂਸ਼ਾ ਦੇ ਵਿੱਚ ਲਿਆਉਂਦਾ ਹੈ ਅਤੇ ਦਿਨ 'ਚ ਦੋ ਵਾਰ ਇੱਥੇ ਮੱਥਾ ਟਿਕਾਉਂਦਾ ਹੈ। ਪੂਰੀ ਤਿਆਰੀ ਹੈ, ਦੁਰਗਿਆਨਾ ਕਮੇਟੀ ਵੱਲੋਂ ਵੀ ਪੂਰੀ ਤਿਆਰੀ ਕਰ ਲਈ ਗਈ ਹੈ ਔਰ ਜਿਸ ਤਰ੍ਹਾਂ ਇਹਦੇ ਇਤਿਹਾਸਿਕ ਮੰਦਿਰ ਹੈ, ਤੁਸੀਂ ਇਸ ਅਸਥਾਨ 'ਤੇ ਆਓ, ਆ ਕੇ ਮੱਥਾ ਟੇਕੋ, ਮੱਥਾ ਟੇਕ ਕੇ ਭਗਵਾਨ ਸ਼੍ਰੀ ਹਨੂੰਮਾਨ ਜੀ ਦੀਆਂ ਖੁਸ਼ੀਆਂ ਪ੍ਰਾਪਤ ਕਰੋ, ਉਹਨਾਂ ਦਾ ਆਸ਼ੀਰਵਾਦ ਲਵੋ, ਇਹੀ ਮਨੋਕਾਮਨਾ ਹੈ। ਦੈਨਿਕ ਸਵੇਰਾ ਵੀ ਤੁਹਾਡੀ ਜਾਣਕਾਰੀ ਲਈ ਲੈ ਕੇ ਆਇਆ ਹੈ ਕਿ ਇਹ ਉਹ ਅਸਥਾਨ ਹੈ, ਇਹ ਉਹ ਮੰਦਿਰ ਹੈ ਜਿਹਦਾ ਇਤਿਹਾਸ ਇੱਕ ਆਪਣੀ ਤਰ੍ਹਾਂ ਦਾ ਇਤਿਹਾਸ ਹੈ। ਇਸ ਦੇ ਇਤਿਹਾਸ 'ਤੇ ਜੇ ਗੱਲ ਕਰੀਏ ਤਾਂ ਜਦੋਂ ਰਾਮ ਜੀ ਦੇ ਸਪੁੱਤਰ ਲਵ ਔਰ ਕੁਸ਼ ਜੀ ਨੇ ਹਨੂੰਮਾਨ ਜੀ ਨੂੰ ਬੰਦੀ ਬਣਾਇਆ ਸੀਗਾ ਔਰ ਇਸੇ ਹੀ ਦਰਖਤ ਦੇ ਨਾਲ ਬੰਨ੍ਹ ਕੇ ਉਹਨਾਂ ਨੂੰ ਰੱਖਿਆ ਗਿਆ ਸੀਗਾ। ਇਹ ਵਟ ਵਰਿਕਸ਼ ਹੈ ਜਿੱਥੇ ਹਨੂੰਮਾਨ ਜੀ ਨੂੰ ਬੰਨਿਆ ਗਿਆ ਸੀਗਾ। ਸੋ ਇਸ ਇਤਿਹਾਸਿਕ ਮੰਦਿਰ ਦੇ ਵਿੱਚ ਸਾਲ ਦੇ ਵਿੱਚ ਲੱਗਣ ਵਾਲਾ ਜਿਹੜਾ ਮੇਲਾ ਹੈ ਉਹ 3 ਤਰੀਕ ਤੋਂ ਸ਼ੁਰੂ ਹੋਣ ਲੱਗਾ ਹੈ ਔਰ ਨਵਰਾਤਰਿਆਂ ਦੇ ਸਾਰੇ ਦਿਨ ਮਤਲਬ ਦੁਸ਼ਹਿਰੇ ਤੱਕ ਜਿਹੜੇ ਸ਼ਰਧਾਲੂ ਜਿਹੜੇ ਬੱਚੇ ਇਹ ਲੰਗੂਰ ਬਣਨਗੇ, ਦਿਨ 'ਚ 2 ਵਾਰੀ ਮੱਥਾ ਟੇਕਣਗੇ ਅਤੇ ਭਗਵਾਨ ਦੀਆਂ ਆਸ਼ੀਰਵਾਦ ਲੈਣਗੇ। ਕੈਮਰਾ ਪਰਸਨ ਵਿਪਨ ਦੇ ਨਾਲ ਜੋਤੀ ਬਹਿਲ, ਦੈਨਿਕ ਸਵੇਰਾ ਟੀਵੀ, ਅੰਮ੍ਰਿਤਸਰ। ਦੇਸ਼ ਦੁਨੀਆ ਕੀ ਹਰ ਖਬਰ ਸਬਸੇ ਪਹਿਲੇ ਦੇਖਣੇ ਕੇ ਲਿਏ ਫੋਲੋ ਕਰੇ ਦੈਨਿਕ ਸਵੇਰਾ ਟੀਵੀ ਯੂਟਿਊਬ, ਫੇਸਬੁੱਕ, ਇੰਸਟਾਗ੍ਰਾਮ, ਐਕਸ ਔਰ ਵਟਸਐਪ ਚੈਨਲ ਪਰ।